ਪੰਜਾਬ ਹਰਿਆਣਾ ਲਾਈਵ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸੁਖਮੀਤ ਕੌਰ। ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ। ਧੋਖੇਬਾਜ਼ੀ ਤੇ ਉਤਰਿਆ ਚੀਨ, LAC ਤੇ ਭਾਰੀ ਹਥਿਆਰਾਂ ਨਾਲ ਕੀਤੀ ਫੌਜ ਤਾਇਨਾਤ। ਭਾਰਤ ਅਤੇ ਚੀਨ ਵਿਚਾਲੇ ਸਰਹੱਦ ਦੇ ਹਾਲਾਤ ਕਾਬੂ ਕਰਨ ਲਈ ਹੋਈਆਂ ਬੈਠਕਾਂ ਤੋਂ ਬਾਅਦ ਇਸ ਤੇ ਸਹਿਮਤ ਹੋਇਆ ਚੀਨ ਹੁਣ ਆਪਣੀ ਹੀ ਗੱਲ ਤੋਂ ਪਿੱਛੇ ਹਟ ਰਿਹਾ ਹੈ। ਦਰਅਸਲ ਚੀਨ ਦੀਆਂ ਹਰਕਤਾਂ ਦੱਸ ਰਹੀਆਂ ਹਨ ਕਿ ਉਹ ਅਸਲੀ ਕੰਟਰੋਲ ਲਾਈਨ LAC ਤੇ ਹਾਲਾਤ ਇੱਕੋ ਜਿਹੇ ਕਰਨ ਨੂੰ ਤਿਆਰ ਨਹੀਂ ਹੈ। ਪੂਰਬੀ ਲੱਦਾਖ ਖੇਤਰ ਵਿੱਚ ਚੀਨੀ ਫੌਜ ਵੱਲੋਂ ਉਸਦੇ ਹਿੱਸੇ ਦੇ ਖੇਤਰ ਵਿੱਚ ਕਰੀਬ 40,000 ਫੌਜੀਆਂ ਦੀ ਨਿਯੁਕਤੀ ਕੀਤੀ ਗਈ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਚੀਨ ਫੌਜੀਆਂ ਦੀ ਗਿਣਤੀ ਘਟਾਉਣ ਦੇ ਆਪਣੇ ਵਾਅਦੇ ਤੋਂ ਮੁੱਕਰ ਰਿਹਾ ਹੈ। ਜਾਣਕਾਰੀ ਮੁਤਾਬਿਕ ਦੋਵਾਂ ਦੇਸ਼ਾਂ ਵਿਚਕਾਰ ਗੱਲਬਾਤ ਦੌਰਾਨ ਫੌਜੀਆਂ ਨੂੰ ਘੱਟ ਕਰਨ ਦੀ ਸ਼ਰਤ ਰੱਖੀ ਗਈ ਸੀ, ਪਰ ਚੀਨ ਉਸਦਾ ਪਾਲਣ ਕਰਦਾ ਨਹੀਂ ਦਿਖਾਈ ਦੇ ਰਿਹਾ। ਦੱਸਿਆ ਜਾਂਦਾ ਹੈ ਜਦੋਂ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਚੀਨੀ ਵਿਦੇਸ਼ ਮੰਤਰੀ ਨਾਲ ਗੱਲ ਕੀਤੀ ਤਾਂ ਚੀਨ ਸਰਹੱਦ ਉੱਤੇ ਫੌਜੀਆਂ ਦੀ ਗਿਣਤੀ ਘਟਾਉਣ ਲਈ ਰਾਜ਼ੀ ਹੋ ਗਿਆ ਸੀ, ਪਰ ਹੁਣ ਚੀਨ ਵੱਲੋਂ ਹਾਲਾਤ ਠੀਕ ਕਰਨ ਦਾ ਕੋਈ ਸੰਕੇਤ ਨਹੀਂ ਮਿਲ ਰਿਹਾ ਹੈ। ਚੀਨ ਨੇ ਭਾਰੀ ਹਥਿਆਰਾਂ ਨਾਲ ਕਰੀਬ 40,000 ਫੌਜੀਆਂ ਨੂੰ ਤਾਇਨਾਤ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿੱਥੇ ਇਨ੍ਹਾਂ ਫੌਜੀਆਂ ਨੂੰ ਏਅਰ ਡਿਫੈਂਸ ਸਿਸਟਮ ਅਤੇ ਲੰਬੀ ਰੇਂਜ ਵਾਲੇ ਆਰਟੀਲਰੀ ਹਥਿਆਰ ਵਰਗੇ ਹਥਿਆਰਾਂ ਨਾਲ ਲੈਸ ਕੀਤਾ ਗਿਆ ਹੈ। ਉੱਥੇ ਹੀ ਚੀਨੀ ਧਿਰ ਫਿੰਗਰ 5 ਏਰੀਆ ਵਿੱਚ ਵੀ ਪਿੱਛੇ ਹਟਣ ਨੂੰ ਤਿਆਰ ਨਹੀਂ ਹੈ। ਦੱਸਿਆ ਜਾਂਦਾ ਹੈ ਕਿ ਚੀਨ ਫਿੰਗਰ ਖੇਤਰ ਵਿੱਚ ਇੱਕ ਆਬਜ਼ਰਵੇਸ਼ਨ ਪੋਸਟ ਤਿਆਰ ਕਰਨਾ ਚਾਹੁੰਦਾ ਹੈ ਅਤੇ ਉਸਨੇ ਹੌਟ ਸਪ੍ਰਿੰਗਸ ਅਤੇ ਗੋਗਰਾ ਪੋਸਟ ਏਰੀਆ ਵਿੱਚ ਵੀ ਵੱਡੇ ਪੱਧਰ 'ਤੇ ਨਿਰਮਾਣ ਕੀਤਾ ਹੈ। ਗੌਰਤਲਬ ਹੈ ਕਿ ਇਹ ਦੋਵੇਂ ਖੇਤਰ ਪੂਰਬੀ ਲੱਦਾਖ ਵਿੱਚ ਦੋਵਾਂ ਦੇਸ਼ਾਂ ਦੀਆਂ ਫੌਜਾਂ ਵਿਚਾਲੇ ਹੋਣ ਵਾਲੇ ਗਤੀਰੋਧ ਦੇ ਪ੍ਰਮੁੱਖ ਖੇਤਰ ਹਨ। ਅੱਜ ਲਈ ਬਸ ਇਹਨਾਂ ਹੀ, ਕੱਲ੍ਹ ਫਿਰ ਮਿਲਾਂਗੇ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਨਾਲ। ਉਦੋਂ ਤੱਕ ਜੁੜੇ ਰਹੋ ਪੰਜਾਬ ਹਰਿਆਣਾ ਲਾਈਵ ਦੇ ਨਾਲ। ਧੰਨਵਾਦ।